ਪੁੱਛਿਆ ਜਵਾਨਾ ਤੇਰੇ ਤੇ ਕੀ ਇਲਜ਼ਾਮ ਹੈ, ਤੂੰ ਕਿਉਂ ਬੰਦਾ? ਅਗੋਂ ਮੈਨੂੰ ਕਹਿੰਦਾ ਮੇਰੇ ਤੇ ਨੈਬ ਨੇ ਝੂਠਾ ਕੇਸ ਬਣਾਇਆ। ਦੋਸਤੋ ਅੱਜ ਮੈਂ ਆਇਆ ਸੀ ਲਾਹੌਰ ਦੇ ਜ਼ੂ ਵਿੱਚ ਬੱਚਿਆਂ ਨੂੰ ਲੈ ਕੇ ਥੋੜ੍ਹੀ ਦੇਰ ਉਹਨੂੰ ਘੁਮਾਉਣ ਵਾਸਤੇ, ਅਤੇ ਇਸ ਦੌਰਾਨ ਮੇਰੇ ਦਿਨ 'ਚ ਦੋ ਚਾਰ ਸਸਤੇ ਕਿਸਮ ਦੇ ਲਤੀਫੇ ਆਏ ਜਾਨਵਰਾਂ ਦੇ ਬਾਰੇ, ਤਾਂ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕੀਤੇ ਜਾਣ। ਜ਼ੂ 'ਚ ਮੈਂ ਦੇਖ ਰਿਹਾ ਕਿ ਅੱਜ ਕੱਲ੍ਹ ਕਾਫ਼ੀ ਨਵੇਂ ਜਾਨਵਰ ਆਏ ਹੋਏ ਨੇ। ਮਿਸਾਲ ਦੇ ਤੌਰ 'ਤੇ ਜ਼ਰਾਫਾ ਸੀ, ਕੈਂਗਰੂ ਸੀ, ਇੱਕ ਗੈਂਡਾ ਹੋ ਗਿਆ, ਹਿੱਪੋ ਕੋਈ ਨਹੀਂ ਸੀ, ਹਾਥੀ ਵੀ ਕੋਈ ਨਹੀਂ ਸੀ, ਅਤੇ ਊਂਠ ਦੇ ਬਾਰੇ ਸੁਣਿਆ ਮਰ ਗਿਆ। ਮੇਰੀ ਉਹਦੇ ਨਾਲ ਬੜੀ ਦੋਸਤੀ ਸੀ ਕਿਉਂਕਿ ਉਹ ਮੇਰੇ ਲੈਵਲ 'ਤੇ ਆ ਕੇ ਮੇਰੇ ਨਾਲ ਗੱਲ ਕਰਦਾ ਸੀ। ਊਂਠ ਜ਼ਿੰਦਾ ਵੇ, ਦੇਖੋ ਜਨਾਬ, ਅਤੇ ਇਹ ਕੁਛ ਖਾ ਪੀ ਰਿਹਾ ਵੇ, ਨਾਸ਼ਤਾ ਕਰ ਰਿਹਾ। ਮੈਨੂੰ ਵੀ ਕਿਹਾ ਸੀ ਭਰਾਵਾ ਆ ਜਾ ਖਾ ਲੈ, ਮੈਂ ਨੋ ਥੈਂਕਸ, ਮੈਂ ਨਾਸ਼ਤਾ ਕੀਤਾ ਹੋਇਆ। ਹਿੱਪੋ ਦੇ ਬਾਰੇ 'ਚ ਮੇਰੇ ਖਿਆਲਾਤ ਗਲਤ ਸਨ, ਹਿੱਪੋ ਜਨਾਬ ਮੌਜੂਦ ਹੈ, ਸਿਰਫ ਉਹਨੇ ਪਾਣੀ 'ਚ ਚੁੱਭੀ ਮਾਰੀ ਹੋਈ। ਇਹ ਜਿਹੜਾ ਜ਼ਰਾਫਾ, ਇਹ ਮੈਨੂੰ ਦੂਰੋਂ ਵੇਖ ਕੇ ਆਵਾਜ਼ ਮਾਰਿਆ ਸੀ, ਓਏ ਛੋਟੇ ਧਿਆਨ ਨਾਲ, ਮੈਂ ਐਡਾ ਤੂੰ ਰਹਿੰਦਾ ਨਹੀਂ ਲੰਮਾ। ਇਹ ਸੱਪ ਨੇ ਪੈਗਾਮ ਦਿੱਤਾ ਜੀ, ਕਹਿੰਦਾ ਜੀ ਮੇਰੇ ਵਾਸਤੇ ਕੇਬਲ ਹੀ ਲਵਾ ਦੇ, ਮੈਂ ਸਾਰਾ ਦਿਨ ਲੰਮਾ ਪਿਆ ਪਿਆ ਬੋਰ ਹੋ ਜਾਣਾ ਚਿੜੀਆ ਘਰ 'ਚ। ਲਾਮਾ ਤਾਂ ਕੋਈ ਜ਼ਿਆਦਾ ਲਾਮਾ ਨਹੀਂ ਹੈ। ਉਹ ਸੋਚ ਰਹੇ ਨੇ ਕਿ ਮੈਂ ਬਾਰ ਬਾਰ ਲੰਮਿਆਂ ਜਾਨਵਰਾਂ ਦੇ ਬਾਰੇ ਚਿੰਨ ਲਤੀਫੇ ਕਿਉਂ ਕਰੈਕ ਕਰ ਰਿਹਾ। ਉਹਨਾਂ ਦੀ ਇਤਲਾਹ ਵਾਸਤੇ ਅਰਜ਼ ਹੈ ਕਿ ਅਲਹਮਦੁਲਿਲਾ ਤੁਹਾਡੇ ਭਰਾ ਦਾ ਕੱਦ ਵੀ 6.25 ਫੁੱਟ ਹੈਗਾ, ਅਤੇ ਤੁਹਾਡਾ ਭਰਾ ਵੀ ਲੰਮਿਆਂ ਜਾਨਵਰਾਂ 'ਚ ਸ਼ੁਮਾਰ ਹੁੰਦਾ। ਤੁਹਾਨੂੰ ਲਾਮੇ ਵਾਲਾ ਲਤੀਫਾ ਸੁਣਾਉਣਾ। ਇਹ ਜਿਹੜੀ ਪਿੱਛੇ ਸ਼ਾਇਦ ਖੜੀ, ਇਹਨੂੰ ਕਹਿੰਦੇ ਨੇ ਲਾਮਾ। ਮੈਂ ਉਹਨੂੰ ਪੁੱਛਿਆ ਹੋਰ ਵੀ ਕੀ ਹਾਲ ਹੈ ਤੇਰਾ ਲਾਮਿਆ, ਉਹਨੂੰ ਕਹਿੰਦਾ ਤੇਰਾ ਕੀ ਹਾਲ ਹੈ ਲੰਮਿਆ। ਅੱਛਾ ਵੈਸੇ ਆਪਸ ਦੀ ਗੱਲ ਵੇਖੋ, ਇਹਨਾਂ ਨੂੰ ਛਾਪਰ ਖਾਂਦਾ ਪਿਆ, ਅਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਾਨਵਰਾਂ ਨੂੰ। ਛਾਪਰ ਛੁਪਰ ਜਿਹੜਾ ਡਸਟਬਿਨ 'ਚ ਪਾਉਣੇ ਚਾਹੀਦੇ ਨੇ, ਤਾਂ ਕਿ ਖਾ ਨਾ ਸਕਣ। ਹੁਣ ਇਹ ਖਾਂਦਾ ਪਿਆ ਤਾਂ ਵਿਚਾਰਾ ਬਿਮਾਰ ਹੋ ਜਾਏਗਾ, ਆਈ ਸਪੋਜ਼। ਇਹ ਜਿਹੜਾ ਸ਼ੇਰ ਲੰਮਾ ਪਿਆ, ਇਹਨੂੰ ਮੈਂ ਕਿਹਾ ਬਈ ਸ਼ੇਰ ਬਣ ਸ਼ੇਰ, ਉਹਨੂੰ ਕਹਿੰਦਾ ਨਹੀਂ ਅੱਜ ਨਹੀਂ ਬਣ ਸਕਦਾ, ਜੁੰਮੇ ਰਾਤ ਹੈ। ਸ਼ੁੱਤਰਮੁਰਗ ਦੇ ਬਾਰੇ 'ਚ ਕੋਈ ਲਤੀਫਾ ਨਹੀਂ ਸੁਣਾਇਆ, ਅਤੇ ਬਈ ਮੈਨੂੰ ਯਾਦ ਨਹੀਂ ਰਿਹਾ, ਇਸ ਵਾਸਤੇ ਮੈਂ ਉਹਨੂੰ ਮਿਸ ਕਰ ਆਇਆ। ਆਈ ਹੋਪ ਸੋ ਕਿ ਸ਼ੁੱਤਰਮੁਰਗ ਨੇ ਵੀ ਮਾਇੰਡ ਨਹੀਂ ਕੀਤਾ ਹੋਣਾ, ਇਨਸ਼ਾਅੱਲਾ ਅਗਲੀ ਵਾਰੀ ਉਹਦੇ ਨਾਲ ਹੀ ਮੁੱਕ ਲਾਂਗੇ।